ਸ੍ਰੀਕਾਲ ਸਰ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ ਜੀ, ਸਰਕਾਰ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕਰ ਦਿੱਤਾ ਹੈ ਤੇ ਹੋਰ 5 ਮੰਗਾਂ ਵੀ ਪੂਰੀਆਂ ਕਰਨ ਦਾ ਐਲਾਨ ਕੀਤਾ, ਇਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ। ਹਿਮਾਚਲ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਜੋ ਏਰੀਆ ਦੇਣ ਸੰਬੰਧੀ ਫੈਸਲਾ ਕਰਤਾ ਹੈ ਕਿ ਦਸੰਬਰ ਤੋਂ ਮਹੀਨੇ ਪਹਿਲਾਂ ਜੋ ਕਲਾਸ 4 ਦੇ ਮੁਲਾਜ਼ਮ ਨੂੰ 20,000 ਰੁਪਏ ਜੋ ਪਹਿਲੀ ਕਿਸ਼ਤ ਦਿੱਤੀ ਜਾਵੇ। ਇਸ ਤਰ੍ਹਾਂ ਹੀ ਜੋ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਅਸੀਂ ਜੋ ਮੁਲਾਜ਼ਮ DA ਜਨਵਰੀ 2023 ਤੋਂ ਵਧਾ ਕੇ 37% ਤੋਂ ਵਧਾ ਕੇ 42% ਕਰਤਾ ਹੈ, ਪਰ ਇੱਕ ਪਾਸੇ ਕੇਂਦਰ ਸਰਕਾਰ ਦਾ ਜੋ DA ਹੈ ਜੁਲਾਈ 2023 ਦੇ ਵਿੱਚ ਉਹਨਾਂ ਨੇ ਜੋ ਕਿ 42% ਤੋਂ ਵਧਾ ਕੇ 46% ਕੀਤਾ ਸੀ, ਉਸ ਤੋਂ ਬਾਅਦ ਜਨਵਰੀ 2024 ਦੇ ਵਿੱਚ 46% ਤੋਂ ਵਧਾ ਕੇ 50% ਕੀਤਾ ਗਿਆ ਸੀਗਾ। ਪਰ ਹਿਮਾਚਲ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਮੁਲਾਜ਼ਮ DA 38% ਵਧਾ ਕੇ 42% ਕਰਤਾ ਹੈ, 4% ਵਾਧਾ ਕੀਤਾ। ਪਹਿਲਾਂ ਇਹ ਹੁੰਦਾ ਸੀ ਕਿ ਪੰਜਾਬ ਸਰਕਾਰ ਵੱਲ ਦੇਖਦੀ ਸੀ ਹਿਮਾਚਲ ਸਰਕਾਰ ਵੀ ਪੰਜਾਬ ਸਰਕਾਰ ਕਦੋਂ ਐਲਾਨ ਕਰਦੀ ਹੈ DA ਦਾ, ਉਸ ਤੋਂ ਬਾਅਦ ਹਿਮਾਚਲ ਸਰਕਾਰ ਕਰਦੀ ਹੁੰਦੀ ਸੀ, ਪਰ ਇਸ ਵਾਰੀ ਹਿਮਾਚਲ ਸਰਕਾਰ ਨੇ ਪਹਿਲ ਕੀਤੀ ਆ, ਆਪਣੇ ਮੁਲਾਜ਼ਮ DA ਦਿੱਤਾ ਹੈ। ਇਹ ਵੀ ਕਹਿ ਦਿੱਤਾ ਹੈ ਵੀ ਜਿੰਨੇ ਵੀ ਮੈਡੀਕਲ ਬਿੱਲ ਪੈਂਡਿੰਗ ਹਨ ਸਾਰੇ ਕਲੀਅਰ ਕੀਤੇ ਜਾਣ, ਤੇ ਦੂਜੇ ਪਾਸੇ ਜੋ 75 ਸਾਲ ਤੋਂ ਪੈਨਸ਼ਨ ਵਾਲੇ ਮੁਲਾਜ਼ਮ ਹਨ ਉਹਨਾਂ ਨੂੰ ਬਕਾਇਆ ਤੇ ਏਰੀਅਰ ਵੀ ਤੁਰੰਤ ਜਾਰੀ ਕੀਤੇ ਜਾਣ, ਇਹ ਵੀ ਫੈਸਲਾ ਕਰਤਾ ਹੈ। ਕਲਾਸ 4 ਵਾਲੇ ਮੁਲਾਜ਼ਮ ਨੂੰ ਦਸੰਬਰ ਮਹੀਨੇ ਤੋਂ ਪਹਿਲਾਂ ਜੋ ਏਰੀਆ ਦੀ ਪਹਿਲੀ ਕਿਸ਼ਤ ਦੇਣ ਦਾ ਐਲਾਨ ਕੀਤਾ। ਸੁਖਵਿੰਦਰ ਸਿੰਘ ਸੁੱਖੂ ਨੇ ਇਹ ਵੀ ਕਿਹਾ ਕਿ ਲਗਭਗ ਸਾਨੂੰ ਮੁਲਾਜ਼ਮਾਂ ਨੂੰ 600 ਕਰੋੜ ਰੁਪਇਆ ਦੇਣਾ ਪਵੇਗਾ, ਪਰ ਇਸ ਦਾ ਸਰਕਾਰ ਉੱਪਰ ਕੋਈ ਵਜ਼ਨ ਨਹੀਂ ਹੈ। ਦੂਜੇ ਪਾਸੇ ਇਹ ਵੀ ਐਲਾਨ ਕੀਤਾ ਕਿ ਹਿਮਾਚਲ ਦੇ ਮੁਲਾਜ਼ਮਾਂ ਨੂੰ ਜੋ ਤਨਖਾਹ ਵਾ ਇਸ ਵਾਰੀ 28 ਅਕਤੂਬਰ ਮਿਲੇਗੀ, ਕਿਉਂਕਿ ਆਮ ਤੌਰ 'ਤੇ ਤਨਖਾਹ 5 ਜਾਂ 6 ਨਵੰਬਰ ਮਿਲਣੀ ਸੀ, ਪਰ ਦੀਵਾਲੀ ਦਾ ਤੋਹਫਾ ਦਿੱਤਾ ਸੁੱਖੂ ਸਰਕਾਰ ਵੱਲੋਂ, ਜੋ ਮੁਲਾਜ਼ਮ ਤਨਖਾਹ 28 ਅਕਤੂਬਰ ਮਿਲੇਗੀ, ਜੋ ਰਿਟਾਇਰਮੈਂਟ ਦੇ ਸਾਥੀ ਸਾਡੇ ਉਹਨਾਂ ਦੀ ਪੈਨਸ਼ਨਾਂ ਜੇ ਉਹ ਵੀ 28 ਅਕਤੂਬਰ ਦੇ ਖਾਤਿਆਂ 'ਚ ਆ ਜਾਵੇਗੀ, ਇੱਕ ਬਹੁਤ ਵੱਡਾ ਐਲਾਨ ਕੀਤਾ। ਹਾਂਜੀ ਮੈਡਮ ਜੀ। ਹਾਂਜੀ ਸਰ ਜੀ, ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਬਾਰੇ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਵਿੱਚ ਗੱਲਬਾਤ ਹੋਈ, ਜੋ ਵੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਡਿਟੇਲ ਦੇ ਨਾਲ ਦੱਸੋ ਜੀ ਸਾਨੂੰ। ਕੰਪਿਊਟਰ ਅਧਿਆਪਕਾਂ ਦੀ ਜੋ ਮੀਟਿੰਗ ਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਹੋਈ ਸੀ, ਜਿਸ ਦੇ ਉਹਨਾਂ ਦੀ ਮੁੱਖ ਮੰਗ ਸੀ ਕਿ ਸਾਨੂੰ 6ਵਾਂ ਪੇਜ ਨੂੰ ਲਾਗੂ ਕੀਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ। ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗਾਂ ਮੰਨ ਤਾਂ ਲਈਆਂ, ਪਰ ਲਗਭਗ ਸਰਕਾਰ ਨੂੰ 250 ਤੋਂ ਉੱਪਰ ਸਮਾਂ ਹੋ ਚੁੱਕਿਆ, ਅਜੇ ਤੱਕ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਪੇ ਕਮਿਸ਼ਨ ਨਾ ਤਾਂ ਲਾਗੂ ਕੀਤਾ ਗਿਆ ਨਾ ਹੀ ਉਹਨਾਂ ਸਿੱਖਿਆ ਵਿਭਾਗ ਦੇ ਮਰਜ ਕੀਤਾ ਗਿਆ, ਜਿਸ ਕਰਕੇ ਲਗਭਗ 40 ਦਿਨ ਹੋ ਚੁੱਕੇ ਹਨ ਕੰਪਿਊਟਰ ਅਧਿਆਪਕਾਂ ਨੂੰ ਮੁੱਖ ਨੇ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਜੋ DC ਆਫਿਸ ਹੈ ਉਸਦੇ ਬਾਹਰਲੀ ਸਾਈਡ ਬੈਠੇ ਆ ਭੁੱਖ ਹੜਤਾਲ ਤੇ, ਪਰ ਅਜੇ ਤੱਕ ਉਹਨਾਂ ਦੀ ਗੱਲ ਸੁਣੀ ਨਹੀਂ ਗਈ, ਜਿਸ ਕਰਕੇ ਕੱਲ੍ਹ ਦੁਸਹਿਰੇ ਵਾਲੇ ਦਿਨ ਕੰਪਿਊਟਰ ਅਧਿਆਪਕਾਂ ਵੱਲੋਂ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਂਜੀ ਮੈਡਮ ਜੀ। ਹਾਂਜੀ ਸਰ ਜੀ, ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਕਰਮਚਾਰੀ ਕਦੋਂ ਰੈਗੂਲਰ ਕੀਤੇ ਜਾਣਗੇ, ਪੂਰੀ ਜਾਣਕਾਰੀ ਦਿਓ ਜੀ ਸਾਨੂੰ। ਗੁਰੂ ਹਰਗੋਬਿੰਦ ਥਰਮਲ ਲਹਿਰਾ ਮੁਹੱਬਤ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਕਰਦੇ ਆ, ਜਿਸ ਕਰਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਮੁੱਖ ਨੇ ਭਗਵੰਤ ਮਾਨ ਨਾਲ ਵੀ ਹੋਈਆਂ, ਜੋ ਸਾਬਕ ਇੰਡੀਆ ਚੇਅਰਮੈਨ ਹੈ ਬੇਤਨੀ ਹਰਪਾਲ ਸਿੰਘ ਚੀਮਾ ਨਾਲ ਵੀ ਹੋਈਆਂ, ਪਰ ਇਹੀ ਕਿਹਾ ਨੇ ਤੁਹਾਨੂੰ ਪੱਕੇ ਕਰਾਂਗੇ। ਮੁੱਖ ਮੰਤਰੀ ਨੇ ਵੱਡੀ ਸਟੇਜਾਂ ਤੋਂ ਇਹ ਵੀ ਕਿਹਾ ਕਿ ਜੋ ਕੱਚੇ ਮੁਲਾਜ਼ਮ ਆ ਉਹਨਾਂ ਦੇ ਅੱਗੋਂ ਕੱਚਾ ਸ਼ਬਦ ਕੱਟੂੰਗਾ, ਪਰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਰੋਪੜ ਥਰਮ ਪਲਾਂਟ ਦੇ ਵਿੱਚ ਲਹਿਰਾ ਮੁਹੱਬਤ ਥਰਮ ਪਲਾਂਟ ਦੇ ਵਿੱਚ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ, 20-20 ਸਾਲ ਹੋਏ ਠੇਕੇਦਾਰ ਨੂੰ ਬਹੁਤ ਹੀ ਘੱਟ ਤਨਖਾਹ ਦੇ ਕੰਮ ਕਰਦੇ ਆ, ਪਰ ਸਰਕਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ, ਜਿਸ ਕਰਕੇ ਕੱਚੇ ਮੁਲਾਜ਼ਮ ਵੱਲੋਂ ਜੋ ਪੰਜਾਬ ਸਰਕਾਰ ਦਾ ਹਰ ਜ਼ਿਲ੍ਹੇ ਵਿੱਚ ਵਿਰੋਧ ਕੀਤਾ ਜਾ ਰਿਹਾ। ਹਾਂਜੀ ਮੈਡਮ ਜੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ, ਉਸ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਵੀ ਜਾਣਕਾਰੀ ਦਿਓ ਸਾਨੂੰ। ਸਾਂਝੇ ਫਰੰਟ ਦੇ ਆਗੂ ਬਾਲ ਸਿੰਘ ਕਨਵੀਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਲਗਭਗ ਸਾਡੀ ਮੀਟਿੰਗ 3 ਘੰਟੇ ਚੱਲੀ, ਜਿਸ ਦੀ ਮੁੱਖ ਮੰਗ ਸੀ ਕਿ ਮੁਲਾਜ਼ਮ 2016 ਤੋਂ ਪੇ ਕਿਵੇਂ ਦਾ ਏਰੀਅਰ ਮਹਿੰਗਾਈ ਭੱਤੇ ਕਿਸ ਤਰ੍ਹਾਂ ਦਾ ਬਕਾਇਆ, ਜਿਸ ਤਰ੍ਹਾਂ ਕੇਂਦਰ ਸਰਕਾਰ ਦਾ DA 50% ਆ
पंजाब सरकार दे मुलाजम डीए है जो 38% आ 12% का फर्क आ 12 नूं वाधा किया जाए तो 17/7/2020 वाले मुलाजम नूं 6वां पे कमीशन लागू किया जाए तो जो पुरानी पेंशन स्कीम का 2004 तो भर्ती हुए मुलाजमान लिए पुरानी पेंशन लागू की जाए नियम 1972 अनुसार पर पंजाब सरकार ने एक लंघना नोटिफिकेशन किया 18 नवंबर 2022 नूं जिस तरह यह पुरानी पेंशन स्कीम लागू कर दी आ पर सरकार 2.5 साल का समा हो चुके जो नोटिफिकेशन किया कि लंघना नोटिफिकेशन अजे तक जो पुरानी पेंशन स्कीम नियम 1972 साल लागू नहीं की गई मुलाजम आगुआ ने कहा कि ना सानू UPS मंजूर आ ना सानू NPS मंजूर आ सानू ओल्ड पेंशन स्कीम मंजूर आ वह लागू की जाए पर पंजाब सरकार लारे लागे टाइम पास कर रही आ इस करके ही कल सिक्ख्या मंत्री सुजोत सिंह बैंस के पिंड जाके 2004 तो भर्ती हुए मुलाजमान ने एक पुतला बनाया गया 3 मूह जिस केजरीवाल का मूँह लगाया गया मुख भगवंत मान का मूँह लगाया गया तो सिक्ख्या मंत्री सुजोत सिंह बैंस का मूँह ला के जो गंभीरपुर पिंड है सिक्ख्या मंत्री सुजोत सिंह बैंस के पिंड जाके जो पुतला फूकया गया दशहरे उपर लोग रावण का पुतला फूकते हैं पर इतने तिना इन्ह आगुआ का ज केजरीवाल है सिक्ख्या मंत्री सुजोत सिंह बैंस है ज मुख ने भगवंत मान इन्होंने पुतले फूके गए। हाँ जी मैडम जी धन्यवाद सर जी वेलकम मैडम।